ਸਾਡਾ ਕੰਮ ਖਬਰਾਂ ਰਾਹੀਂ ਤੁਹਾਨੂੰ ਸੁਚੇਤ ਕਰਨਾ ਹੈ ਸਾਡਾ ਕੰਮ ਖਬਰਾਂ ਰਾਹੀਂ ਤੁਹਾਨੂੰ ਸੁਚੇਤ ਕਰਨਾ ਹੈ ਸੱਚ ਦੱਸਾਂ ਤਾਂ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਸੱਚ ਦੱਸਾਂ ਤਾਂ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਅਗਰ ਨਵੇਂ ਸ਼ਹਿਰ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤਾਂ ਵੱਡੀ ਖਬਰ ਚੰਗੀ ਖਬਰ ਮੈਨੂੰ ਇਹੀ ਲੱਗਦੀ ਹੈ ਕਿ ਹੁਣ ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲਿਆਂ ਦੀ ਖੈਰ ਨਹੀਂ ਖੈਰ ਨਹੀਂ ਖੈਰ ਨਹੀਂ ਕਿਉਂਕਿ ਇਹ ਪਸ਼ੂ ਵੀ ਸਾਡੇ ਆਪਣੇ ਨੇ ਇਹ ਕੋਈ ਗੈਰ ਨਹੀਂ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਹੀ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਪੌਣੇ 9 ਦਾ ਸਮਾਂ ਹੈ ਜੀ ਆਪਾਂ ਫਿਰ ਤੋਂ ਇਕੱਠੇ ਹੋ ਗਏ ਹਾਂ ਮੈਨੂੰ ਪਤਾ ਤੁਸੀਂ ਇੰਤਜ਼ਾਰ ਕਰਦੇ ਹੋ 2-3 ਦਿਨ ਦਾ ਵਕਫਾ ਲੈ ਲਿਆ ਸੀ ਜਿਹੜਾ ਖਬਰਾਂ ਨਹੀਂ ਦੇ ਸਕੇ ਕਿਉਂਕਿ ਰੁਝੇਵੇਂ ਬਹੁਤ ਜ਼ਿਆਦਾ ਹੁੰਦੇ ਨੇ ਕਈ ਵੇਲੇ ਕਿਸੇ ਨਾ ਕਿਸੇ ਮੁੱਦੇ ਵਿੱਚ ਪਹੁੰਚਣਾ ਪੈਂਦਾ ਔਰ ਕੋਸ਼ਿਸ਼ ਕਰੀਦੀ ਹੈ ਕਿ ਉਸ ਮੁੱਦੇ ਤੱਕ ਉਸ ਵੇਲੇ ਤੱਕ ਡਟੇ ਰਹੀਏ ਜਦ ਤੱਕ ਉਹਦਾ ਹੱਲ ਨਹੀਂ ਹੁੰਦਾ ਪਰ ਹੁਣ ਖਬਰਾਂ ਸ਼ੇਅਰ ਕਰਾਂ ਤਾਂ ਜੀ ਨਵੇਂ ਸ਼ਹਿਰ ਦੀ ਜਿਹੜੀ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਇਹ ਹੈ ਅਣਅਧਿਕਾਰਿਕ ਤੌਰ 'ਤੇ ਕਿਸੇ ਵੀ ਧਾਰਮਿਕ ਉਸਾਰੀ 'ਤੇ ਹੁਣ ਰੋਕ ਲੱਗ ਗਈ ਹੈ ਧਾਰਮਿਕ ਉਸਾਰੀ ਨਹੀਂ ਹੋ ਪਾਵੇਗੀ ਜ਼ਿਲ੍ਹੇ ਦੀਆਂ ਸਾਰੀਆਂ ਥਾਵਾਂ ਜਨਤਕ ਥਾਵਾਂ ਗਲੀਆਂ ਪਾਰਕਾਂ 'ਤੇ ਜਾਂ ਜਿਹੜੀਆਂ ਵੀ ਜਗ੍ਹਾ ਚਾਹੇ ਉਹ ਨਗਰ ਕੌਂਸਲ ਦੇ ਅੰਡਰ ਆਉਂਦੀਆਂ ਨੇ ਸ਼ਾਮਲਾਟ ਦੇ ਅੰਦਰ ਆਉਂਦੀਆਂ ਨੇ ਪੰਚਾਇਤ ਦੇ ਅੰਦਰ ਆਉਂਦੇ ਨੇ ਜਾਂ ਹੋਰ ਆਦਿ ਜਗ੍ਹਾ ਜਿਹੜੀਆਂ ਨੇ ਉਹਨਾਂ 'ਤੇ ਧਾਰਮਿਕ ਉਸਾਰੀ ਦੀ ਜਿਹੜੀ ਹੁਣ ਰੋਕ ਲੱਗ ਗਈ ਹੈ ਉਹ ਮਨਾਹੀ ਹੈ ਔਰ ਸਖਤੀ ਨਾਲ ਇਸ ਰੋਕ ਨੂੰ ਜਿਹੜਾ ਲਾਗੂ ਕੀਤਾ ਜਾਵੇਗਾ ਰੂਲ ਵਿੱਚ ਇਹ ਵੀ ਕਿਹਾ ਗਿਆ ਜਿਹੜੇ ਮੁਖੀਆਂ ਨੇ ਇਹਨਾਂ ਜਗ੍ਹਾ ਦੀ ਜਿਹਨਾਂ ਕੋਲ ਜ਼ਿੰਮੇਵਾਰੀ ਹੈ ਜਿਵੇਂ ਨਗਰ ਕੌਂਸਲ ਦੀ ਨਗਰ ਕੌਂਸਲ ਅੰਦਰ ਅੰਡਰ ਜਿਹੜੀਆਂ ਜਗ੍ਹਾ ਆਉਂਦੀਆਂ ਨੇ ਉਹਦੇ ਵਿੱਚ ਨਗਰ ਕੌਂਸਲ ਦੀ ਜਿਹੜੀ ਜ਼ਿੰਮੇਵਾਰੀ ਹੈ ਕਾਰਜ ਸਾਧਕ ਅਫਸਰ ਦੀ ਜਿਹੜੀ ਜ਼ਿੰਮੇਵਾਰੀ ਹੈ ਬਲਾਕ ਵਿਕਾਸ ਅਫਸਰ ਦੀ ਜਿਹੜੀ ਜ਼ਿੰਮੇਵਾਰੀ ਹੈ ਪੰਚਾਇਤ ਅਫਸਰ ਦੀ ਜ਼ਿੰਮੇਵਾਰੀ ਹੈ ਸਰਪੰਚ ਦੀ ਜਿਹੜੀ ਜ਼ਿੰਮੇਵਾਰੀ ਹੈ ਇਹ ਉਹਨਾਂ ਨੂੰ ਕਿਹਾ ਗਿਆ ਕਿ ਨਜ਼ਰ ਰੱਖਣੀ ਹੈ ਤੁਸੀਂ ਔਰ ਤੁਹਾਨੂੰ ਜਦੋਂ ਵੀ ਕਿਤੇ ਲੱਗਦਾ ਹੈ ਕਿ ਕੋਈ ਰੂਲ ਦੀ ਉਲੰਘਣਾ ਕਰ ਰਿਹਾ ਹੈ ਨਿਯਮ ਦੀ ਉਲੰਘਣਾ ਕਰ ਰਿਹਾ ਤੁਸੀਂ ਤੁਰੰਤ ਐਕਸ਼ਨ ਲੈਣਾ ਨੇੜਲੀ ਚੌਂਕੀ ਅਤੇ ਪੁਲਿਸ ਨੂੰ ਇਤਲਾਹ ਕਰਨੀ ਹੈ ਔਰ ਤੁਰੰਤ ਉਹਨਾਂ 'ਤੇ ਪਰਚਾ ਕਰਕੇ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਵੇਗੀ ਕਿਉਂਕਿ ਜਿਵੇਂ ਪਹਿਲਾਂ ਦੱਸਿਆ ਹੁਣ ਅਣਅਧਿਕਾਰਿਤ ਤੌਰ 'ਤੇ ਕਿਸੇ ਵੀ ਧਾਰਮਿਕ ਜਗ੍ਹਾ 'ਤੇ ਕਿਸੇ ਵੀ ਜਿਹੜੀ ਜਨਤਕ ਜਗ੍ਹਾ 'ਤੇ ਸਰਕਾਰੀ ਜਗ੍ਹਾ 'ਤੇ ਧਾਰਮਿਕ ਉਸਾਰੀ ਦੀ ਮਨਾਹੀ ਹੈ ਰੋਕ ਹੈ ਪਰ ਇੱਥੇ ਅਗਰ ਟਿੱਪਣੀ ਕਰੀਏ ਹਾਲਾਂਕਿ ਸਾਨੂੰ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਰੋਕ ਕਿਉਂ ਲੱਗੀ ਹੈ ਕੋਵਿਡ-19 ਕਰਕੇ ਲੱਗੀ ਕਿਉਂਕਿ ਖਬਰ ਸਾਡੇ ਤੱਕ ਪਹੁੰਚੀ ਹੈ ਹਲੇ ਕਲੀਅਰ ਹੋਣਾ ਬਾਕੀ ਸੀ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਇਹ ਕਲੀਅਰ ਨਹੀਂ ਹੋਇਆ ਕਿ ਕੋਵਿਡ-19 ਕਰਕੇ ਲੱਗੀ ਹੈ ਜਾਂ ਹੋਰ ਕੀ ਕਾਰਨ ਹੈ ਪਰ ਆਪਣੀ ਟਿੱਪਣੀ ਕਰਨ ਤੋਂ ਪਹਿਲਾਂ ਮੈਂ ਜਦ ਲੋਕਾਂ ਨਾਲ ਵਾਰਤਾਲਾਪ ਕਰਦਾ ਗੱਲਬਾਤ ਕਰਦਾ ਤਾਂ ਲੇਬਰਰ ਇੱਕ ਦੋ ਵਿਅਕਤੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਸਾਂਝ ਪਾਈ ਵਿਚਾਰਾਂ ਦੀ ਤਾਂ ਉਹ ਕਹਿੰਦੇ ਕਿ ਯਾਰ ਜੇ ਇੱਥੇ ਵੀ ਰੋਕ ਲੱਗ ਗਈ ਧਾਰਮਿਕ ਉਸਾਰੀ 'ਤੇ ਵੀ ਰੋਕ ਲੱਗ ਗਈ ਕਿਉਂਕਿ ਧਾਰਮਿਕ ਉਸਾਰੀਆਂ ਵਿੱਚ ਲੰਬਾ ਲੰਬਾ ਸਮਾਂ ਲੱਗ ਜਾਂਦਾ ਬੜੀ ਬੜੀ ਬਿਲਡਿੰਗਸ ਬਣਦੀਆਂ ਨੇ ਸਾਡੀ ਜਿਹੜੀਆਂ ਦਿਹਾੜੀਆਂ ਬਣ ਜਾਂਦੀਆਂ ਨੇ ਪਰ ਜੇ ਇਹਨਾਂ 'ਤੇ ਵੀ ਰੋਕ ਲੱਗ ਜਾਏਗੀ ਤਾਂ ਅਸੀਂ ਕਮਾਵਾਂਗੇ ਕੀ ਅਤੇ ਖਾਵਾਂਗੇ ਕੀ ਕਿਉਂਕਿ ਠਨ ਗੋਪਾਲ ਤਾਂ ਅਸੀਂ ਪਹਿਲਾਂ ਹੀ ਹਾਂ ਔਰ ਇੱਕ ਚੀਜ਼ ਮੈਂ ਹੋਰ ਵੀ ਕਹਿਣਾ ਚਾਹੁੰਦਾ ਜਿਹੜੇ NRI ਵੀਰ ਨੇ ਕਿਉਂਕਿ ਇਹਨਾਂ ਧਾਰਮਿਕ ਉਸਾਰੀਆਂ ਦੀ ਜਗ੍ਹਾ 'ਤੇ ਅਗਰ ਤੁਸੀਂ ਪੈਸੇ ਭੇਜਦੇ ਵੀ ਹੋ ਤਾਂ ਕਿਉਂ ਨਾ ਸਕੂਲ ਸੋਰ ਬਣਾ ਦਈਏ ਡਿਸਪੈਂਸਰੀਜ਼ ਬਣਾ ਦਈਏ ਲਾਇਬ੍ਰੇਰੀ ਬਣਾ ਦਈਏ ਤਾਂ ਕਿ ਬੱਚਿਆਂ ਦਾ ਵਿਕਾਸ ਵੀ ਹੋ ਸਕੇ ਔਰ ਜਿਹੜੇ ਬਜ਼ੁਰਗ ਨੇ ਪਾਰਕਸ ਬਣਾ ਦਈਏ ਪਾਰਕਸ ਦਾ ਨਿਰਮਾਣ ਕਰ ਦਈਏ ਤਾਂ ਕਿ ਬਜ਼ੁਰਗਾਂ ਨੂੰ ਵੀ ਥੋੜ੍ਹਾ ਬੈਨੀਫਿਟ ਮਿਲੇ ਬੱਚਿਆਂ ਨੂੰ ਵੀ ਬੈਨੀਫਿਟ ਮਿਲੇ ਕਿਉਂਕਿ ਸਰਕਾਰਾਂ ਕੋਲ ਅਸੀਂ ਨਹੀਂ ਕੁਝ ਮੰਗ ਸਕਦੇ ਰੀਜ਼ਨ ਇਹੀ ਹੈ ਕਿ ਉਹਨਾਂ ਕੋਲ ਬਜਟ ਨਹੀਂ ਹੈ ਔਰ ਬਜਟ ਦੀ ਸਾਰੀ ਜਿਹੜੀ ਕਿੱਲਤ ਕਰਕੇ ਹੀ ਅਸੀਂ ਤੁਸੀਂ ਇਹੀ ਸੋਚਦੇ ਹਾਂ ਕਿ ਰੱਬਾ ਅਗਲੇ ਜਨਮ ਵਿੱਚ ਕੈਨੇਡਾ ਭੇਜ ਦੇਈ ਕਿਉਂਕਿ ਇੱਥੇ ਤਾਂ ਹਾਲ ਮੰਦੜਾ ਹੀ ਹੈ ਹੁਣ ਮੇਨ ਖਬਰ ਵੱਲ ਵੱਧਦੇ ਹਾਂ ਹਾਲਾਂਕਿ ਹੋਰ ਬਹੁਤ ਮੇਨ ਖਬਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਰ ਜਿਹੜੀ ਮੈਂ ਸ਼ੇਅਰ ਵਿੱਚ ਜਿਸ ਖਬਰ ਦਾ ਜ਼ਿਕਰ ਕੀਤਾ ਕਿ ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲਿਆਂ 'ਤੇ ਹੁਣ ਹੋਵੇਗੀ ਕਾਨੂੰਨੀ ਕਾਰਵਾਈ ਰੀਜ਼ਨ ਕੀ ਹੈ ਕਾਰਨ ਕੀ ਹੈ ਕਿ ਪਿੰਡ ਭਾਣ ਮਜ਼ਾਰਾ ਨਵੇਂ ਸ਼ਹਿਰ ਤਹਿਸੀਲ ਵਿੱਚ ਆਉਂਦੇ ਪਿੰਡ ਭਾਣ ਮਜ਼ਾਰੇ ਵਿੱਚ ਕੁਝ ਸਮਾਂ ਪਹਿਲਾਂ ਅਣਪਛਾਤੇ ਲੋਕ ਜਿਹੜੇ ਸੀ ਉਹ ਬੇਸਹਾਰਾ ਕਰਕੇ ਗਾਵਾਂ ਪਸ਼ੂਆਂ ਨੂੰ ਸੁੱਕੀ ਨਹਿਰ ਵਿੱਚ ਛੱਡ ਗਏ ਸੀ ਔਰ ਪਸ਼ੂਆਂ ਨੂੰ ਬਾਹਰ ਕੱਢਣ ਲਈ ਬੜੀ ਮਿਹਨਤ ਮੁਸ਼ੱਕਤ ਕਰਨੀ ਪਈ ਤੁਹਾਨੂੰ ਯਾਦ ਹੋਣਾ ਮਹੀਨਾ ਕੁ ਪਹਿਲਾਂ ਮੈਂ ਇੱਕ ਵੀਡੀਓ ਵੀ ਨਸ਼ਰ ਕੀਤੀ ਸੀ ਉਜਾਗਰ ਕੀਤੀ ਸੀ ਹਾਲਾਂਕਿ ਦਸੰਬਰ ਦੀ ਮੈਨੂੰ ਯਾਦ ਆ ਗਿਆ ਤਾਂ 2 ਜਿਹੜੀਆਂ ਗਊਆਂ ਨੇ ਉਹ ਚੰਡੀਗੜ੍ਹ ਰੋਡ 'ਤੇ ਰਾਤ ਨੂੰ 1 ਵਜੇ ਜਾ ਰਹੀਆਂ ਸੀ ਸਿੰਘ ਬੜੇ ਤਿੱਖੇ ਤਿੱਖੇ ਸੀਗੇ ਔਰ ਉਹ ਆਪਣਾ ਵੀ ਨੁਕਸਾਨ ਕਰ ਸਕਦੀਆਂ ਨੇ ਕਿਉਂਕਿ ਟਰੱਕ ਕਈ ਵੇਲੇ ਤੇਜ਼ ਆਉਂਦੇ ਨੇ ਤੁਹਾਨੂੰ ਮੈਂ ਕੱਲ੍ਹ ਪਰਸੋਂ ਵੀ ਦਿਖਾਇਆ ਸੀ ਥੋੜ੍ਹੇ ਦਿਨ ਪਹਿਲਾਂ ਵੀ ਦਿਖਾਇਆ ਸੀ ਕਿ ਟਿੱਪਰ ਕਿੰਨੀ ਸਪੀਡ ਨਾਲ ਲੰਘਦੇ ਨੇ ਇਹਨਾਂ ਦੀ ਜਦੋਂ ਬ੍ਰੇਕ ਨਹੀਂ ਵੱਜਦੀ ਡਾਰਾ ਬੰਨ੍ਹਦੇ ਆਉਂਦੇ ਤਾਂ ਇੱਕ ਦੂਜੇ ਵਿੱਚ ਟਕਰਾਉਂਦੇ ਜਾਂਦੇ ਨੇ ਥੋੜ੍ਹੇ ਦਿਨ ਪਹਿਲਾਂ ਗੜਸ਼ੰਕ ਰੋਡ ਵਿੱਚ ਰੋਡ 'ਤੇ ਆਪਸ ਵਿੱਚ ਵੀ ਟਕਰਾ ਗਏ ਤਾਂ ਇਹਨਾਂ ਦਾ ਵੀ ਜਾਨੀ ਮਾਨੀ ਨੁਕਸਾਨ ਹੋ ਸਕਦਾ ਔਰ ਸੜਕ ਹਾਦਸੇ ਵਿੱਚ ਕਿਸੇ ਵਿਅਕਤੀ ਦੀ ਵੀ ਜਾਨ ਜਾ ਸਕਦੀ ਹੈ ਕਿਉਂਕਿ ਪਿਛਲੇ ਸਾਲ ਮੇਰੇ ਵੀ ਇੱਕ ਯਾਰ ਦੋਸਤ ਨੇ ਆਪਣੀ ਜਾਨ ਗਵਾ ਲਈ ਕਿਉਂਕਿ ਉਹ ਕਿਸੇ ਪਸ਼ੂ ਨਾਲ ਟਕਰਾਇਆ ਸੀ
और मुड़ के घर कदे वापस नहीं आया। सो ये जानी मानी नुकसान ना हो, एकदम मैं चंगा लग्या। पर जे मैं उस गल कॉन्टीन्यू करा तो पशुओं नू उस नहर सुक्की नहर विचों कढ़न लई बहुत मेहनत मुशक्कत करनी पई, पशु जख्मी भी हो जाते हैं। मैनू यह भी याद है कि 2 महीने पहला असी तुहानू करियाम तो भी तस्वीरां दिखाईआं सी, करियाम नहर तो करियाम रोड की जिहड़ी नहर है उत्थे भी पशु जिहड़ा नहर दे विच आ गया सी उसनू बाहर कढ़न लई बड़े घंटे लग गए। हालांकि सारे जिहड़े पशु प्रशासन के लोग ने पहुँच चुके सीगे, लेकिन उन्होंने समझाया किवें जावे कि बाहर आना ये पौड़ियां ने, इन्हां दे राहीं तुसीं उपर आ सकते हो। अगर उन्होंने समझ होंगी तो वो पशु क्यों होंगे, वो इंसान होंगे, असं उन्होंने पशु क्यों कहें, जानवर क्यों कहें। हालांकि दुध उन्होंने पी के बड़े होंगे लेकिन फिर भी उन्होंने जानवर कहने। उन्होंने बाहर कढ़ने में बड़ी तकलीफ आ रही थी, अखा से मक्खियां बह रही थी, जख्मी हो चुके थे जिहड़े जिन्हें भी पशु अंदर से। पर फिर भी ये रूल जिहड़ा लागू किया गया, मैं ये शलाघा योग कदम मानता क्योंकि साढ़े नवांशहर मैं कहां या पूरे भारत में कहां धार्मिक भावनावां जिहड़ियां जुड़िया हुई ने, बड़ा सत्कार है गौ माता का। और जिमें एक डर भी बनया होया प्रशासन का कि हुण गर्मियां भी ने अगर इन्हों खुले छड़ दिता जाता, क्योंकि पहला तो धुंध करके ही बड़े एक्सीडेंट होंगे सी, पर गर्मियों में अगर इन्हों रात भी खुले छड़ दिता जाता क्योंकि लाइटिंग उन्नी प्रॉपर नहीं है शहर में, कितने कितने लाइट है हर जगह नहीं है, तो कोई हादसा ना हो जाए, सड़क हादसा ना हो जाए, किसी का जानी मानी नुकसान ना हो जाए, तो यह सही कदम आता। और इसको लागू करने लिए पुलिस विभाग की जिम्मेवारी लगाई है, पशु पालन विभाग की जिम्मेवारी लाई गई है, कारज साधक अफसर की जिम्मेवारी लाई गई है, PDOP की जिम्मेवारी लाई गई है। और जिहड़ा मौके पर फड़िया जाता है कि किसी पशु को बेसहारा करके छड़ जाता है, लवारिस करके छड़ जाता है, उन्होंने भी जिहड़ी मौके पर कार्रवाई होगी, तुरंत कानूनी कार्रवाई होगी। पर एक चीज़ मैं जरूर पूछनी चाहना, समाज को पूछनी चाहना कि असी हमेशा कई वे शॉप्स पर जाइए तो देखते हैं उत्थे कि गऊदान की एक पेटी लगी होती, उत्थे दान कर दें। गऊ सानू गऊशाला में बड़िया मिलदियां ने जिहड़ियां दुध दिंदियां ने, पर जिहड़ी गऊ अंसर हो जाए दुध नहीं दिंदी, की वह साडी माता नहीं है? कि उसकी सेवा ज़्यादा जरूरी है कि जिन्हें पहला दुध पिलाया अज उहदे थणा विच दुध नहीं आ रहा, अज उसनू साडी ज़्यादा लोड़ है। गऊ अपना दुध नहीं वेचती, इस गल नोट करो, असी बिजनेस बनाया आ, गऊ बिजनेस नहीं करती। हो सकता असी इत्थे भी कह दीए कि जे किसान पैसे लैके अन्न दिंदा गऊ भी तो पैसे लैके दुध दिंदी आ, पर इस गल नूं ध्यान रखो गऊ पैसे नहीं लैंदी, ये बिजनेस असी बनाया। सवाल यही है, असी सवाल यही पुछिए जब कोई किसी गऊ नूं बेसहारा छड्ड के जांदा कि जब तक ये दुध दिंदी सी सिर्फ तद तक माँ सी, अज माँ नहीं रही, फिर तो उही गल है कि 50-60 साल तो बाद जब माता पिता बुजुर्ग होंगे ने उन्होंने छड्डिया कहते, क्योंकि वह भी हुण फायदे नहीं रहे, हुण वह भी घर कमाई का साधन नहीं बन सकते, वह भी घर पैसा लेके नहीं आते। तो सवाल यही है कि तुसीं जदों भी तुहानूं नज़र आवे कि कोई गऊ नूं बेसहारा छड्ड के जा रहा है, तुसीं सोशल मीडिया का यूज़ करना है, वीडियो बना लैनी है, और तुहानूं भी सरकार वल्लों भी शहर वल्लों भी प्रशंसा ही मिलेगी, एप्रीसीएशन ही मिलेगी। अगली खबर वल वधदे हां जी, तां हुण माइनिंग नूं नत्थ पाउण लई ड्रोन का इस्तेमाल किया जाएगा। 3-4 घंटे पहला असीं भी पोस्ट पाई सीगी और यह सुनने को मिलिया कि जी तोड़ यतन किए जा रहे हैं कि जिहड़े लोग ये गैर कानूनी कोशिशां कर रहे हैं उन्होंने फौरी कार्रवाई की जाए। इहदा कारण की है जी कि पिछले हफ्ते खन्ने विखे माछीवाड़ा नाल संबंधित, माछीवाड़ा में माइनिंग हो रही थी उसके संबंधित केस जिहड़ा दर्ज होया, हुण ऑफिशियल्स ने यह भी कह दिता है कि इस विच जिहड़े होर लोड़ींदा व्यक्ति ने उन्हां दी गिरफ्तारी भी की जाए ता जो असली स्थिति का पता चले। और नाल दी नाल राहों जिहड़ा तुहानूं पता है कि सतलुज दरिया के नेड़े कि उत्थे भी अगर गैर कानूनी ढंग नाल माइनिंग हुंदी है तो उहदा अध्ययन किया जाए। इहदे ते मैं बहुती टिप्पणी तां की करां क्योंकि जो असीं पोस्ट पाई है आम पब्लिक ने बड़ी टिप्पणी कर दी और मैनूं लगता कि लोग बड़े सियाणे हो गए। और वैसे तो आप कुड़ले पर बंसी वाले दे चले गल यही है कि जट जटा दे भोलू आ नारायण दा सब नूं सब कुछ पता है, पर वोटां वेले स्थिति पता नहीं की हो जाती है, वोटां वेले असीं क्यों जिहड़े आ गुमराह हो जाते हैं, फिर असीं कांग्रेसी अकाली आम आदमी पार्टी BJP हो जाने, फिर असीं सवाल नहीं पुछदे, सवाल असीं कॉमेंट्स ही पुछदे हाँ लेकिन स्ट्रेट वे सवाल नहीं पुछ सकते। हालांकि ठीक है सानू सवाल पूछण दी जिहड़ी आग्या है लेकिन उहदे विच भी कुछ मर्यादा हुंदी है, वह भी असी मेनटेन करनी है, पर लोग सच्ची सियाणे ने, पता सब कुछ है, पर ध्यान विच मेरे ख्याल यही है कि छड्ड यार मैं तो कनेडा जाना, मैं तो अमरीका जाना, मैं तो दुबई की फाइल लाई है, कौन इन्हां चक्करां विच पवे। मैसेंजर ते कह दिंदे कि सूरी साहब आवाज़ चक्को पर असीं सामने नहीं आना, तो भाई जी तुसीं सामने आओ आवाज़ असीं रल के चक्कांगे। और अगली गल मैं तुहाडे नाल सांझी कर दिंदा जी कि अज्ज सारा दिन असीं भी जिहड़ी बधाइयां जिहड़ियां आम पब्लिक दी शेयर करदे रहे, बाबा साहब अंबेडकर जी का जन्मदिन से अज्ज,
और उन्हां बारे मैं जिनी भी रिसर्च की है तो यही पता लगता कि उन्होंने एजुकेशन प्रायोरिटी दी है। उन्होंने यही किया कि जी एजुकेशन है यही डार्कनैस तो सानू लाइट वाल जा सकती है, यही हनेरे विच चानण बन सकता है, चानण की लकीर बन सकती है। और ये गल बिल्कुल सच्ची है कि जो असं एजुकेट हो जाने, क्योंकि देखो मैं नहीं कहता कि फकीरी छड़ दो, क्योंकि कई लोग ये कहते हैं कि असं तो फकीर है, असं पढ़ लिख के की लैना, पर समा हुण वो नहीं रहा। अपग्रेडेशन हो चुकी है, हर एक जगह सोशल मीडिया आ गया है, हर एक जगह पढ़ाई की वरतों की जाती, हर एक जगह मैनेजमेंट आ गई है। अगर तुम अप टू डेट रहना है, अगर तुम चाहते थोड़े काम जोड़े सरकारी अधार है तो भी परफेक्टली होने, तो नॉलेज होनी बहुत जरूरी है कि तुम अपना पॉइंट पुटअप किमें करना। सो इस करके बाबा साहब अंबेडकर की सोच बड़ी उस वे भी मैं कह बड़ी सुजगी सी, क्योंकि 110 साल पहले की गल करिए जो पढ़ाई करने न्यूयॉर्क भी गए ने, लंडन विच भी गए ने, उन्होंने यूनिवर्सिटी ऑफ कोलंबिया में नंबर 1 स्कॉलरशिप भी मिली है। तो बड़ी उन्होंने जिंदगी में संघर्ष किया, बड़ी मशक्कत की है, मेहनत मशक्कत की है। उस तो बाद भी मैं एक चीज़ शेयर करना, मॉर्निंग में भुल गया कि फिर वापस उन्होंने को आए, राजे को आए जिन्होंने उन्होंने स्पोंसर किया, उन्होंने आके बड़ी गद्दी उन्होंने मिली, नौकरी सामी, पर फिर भी पीएन उन्होंने फाइल जी सुट के दिता से। हालांकि एक चीज़ से गौर करने वाला है, बाबा साहब अंबेडकर न्यूयॉर्क में भी रह सकते थे, इंग्लैंड भी रह सकते, किसी होर कंट्री भी जा सकते, पर वो वापस आए। वापस क्यों आए? क्योंकि लोगों को अपग्रेड करना से, सत्ता लिए नहीं लड़े, वो संघर्ष उन्होंने किया है ताकि सच लिए लड़ सकन, लोगों के हकों लड़ सकन। और इस चीज़ लिए मैंने बड़ी खुशी हुई कि बहुतात जो नौजवान ने जागरूक ने, वो भी इस चीज़ को फील करते हैं कि एजुकेशन बहुत जरूरी है, जी एजुकेशन आ उ क्योर है जिन्या भी बीमारियां समाज में ने, जिन्या भी कुरीतियां समाज में ने। पर फिर भी एक चीज़ जेडे मिशन नाल जुड़े हुए हैं, जिमें कहते हैं कि असं मिशन नाल जुड़े हुए हैं, एससी मिशन नाल जुड़े हुए हैं, उन्होंने बेनती है कि हले मैं पता इन्होंने भी बहुत डोनेशन भेजते हैं, बहुत अपग्रेड करने की कोशिश करते हैं अपने एससी समाज के वीरां, पर उन्होंने एक बेनती है कि थोड़ी बहुत मेहनत तुम भी करो, क्योंकि जेडे लोग एक्चुअल लोड़ींदा ने, लोड़वंद ने, जिन्होंने जरूरत है, शायद उन्हां तक चीज़ा नहीं पहुँचदिया। जिन्होंने तुम अपग्रेड कर दिता बड़ी चंगी गल है, उन्होंने हुण कहो तुहानू अपग्रेड कर दिता, तुहानू असीं उपरले पद्धर ते लैके आ गए, जिहड़े हुण पिछे रह गए उंगली फड़ के उन्होंने अगे लैके आओ, क्योंकि हाले भी सच्ची बहुत लोग इहो जिहे ने जिहड़े दिहाड़ी टप्पे वाले ने, जिन्होंने एजुकेशन बारे बिल्कुल नहीं पता। तुसीं पैसे नहीं भी दो, किसी नूं एजुकेट कर दो, उन्हूं एक नॉलेज दो, उन्हूं एक वे आउट दस दो, वो डेफिनेटली अगे आ जाएगा। क्योंकि मैं फिर कह रहा जिवें बाबा साहब ने कहा सी, एजुकेशन ही क्योर है जिन्नियां तकलीफां। अगली गल तुहाडे नाल शेयर कर दिए एक चीज़, लोग शायद इसनों सही समझ नहीं पा रहे कि CBSE की जोड़े एग्जाम्स ने वो मुलतवी हुए ने जी, वो डिले हुए ने, वो रद्द नहीं हुए, 10वीं 12वीं के जोड़े एग्जाम्स ने वो मुलतवी हुए ने, पैने जरूर ने लेकिन वो रद्द नहीं हुए, इस गल नूं प्लीज़ ध्यान च रखना। और संचिता जी की कल असी वीडियो पाई सी जी, जोड़े UPPCS विच अव्वल रैंक ते आए ने, रैंक 1 हासिल किया है। कुछ लोग सानू भी पुछना चाहते सी, शलाघा भेजना चाहते सी साडे थ्रू संचिता जी नू, तो असी इस लाइव सैशन च उन्हां नू जिहड़ी शलाघा भेजदे आ। पर एक चीज़ जरूर कहना चाहुंदे कि ओवरनाइट नहीं हुंदा, संचिता दा बहुत लंबा संघर्ष है, बचपन तो इस चीज़ के पिछे दौड़ रहे सी अपनी डेस्टिनेशन दे अग्गे, और यह सड़क उन्होंने आप बनाई है, ता ही जिहड़ा राह सुहावना होया, ता ही यह राह फुल्लां वाला होया। ये सिचुएशन पहला नहीं सी उन्होंने बैड ऑफ रोसिस, ये पहला इन बहुत औखी सी, बड़िया खड़ौता सी, बड़िया ऊनताइया सी, पर वो संघर्ष करके अगे निकले ने। तो जरूर तुम भी संघर्ष करो और एक दिन तुम भी संचिता वांग जरूर अव्वल दर्जे पर आओगे, तुहाडी फील्ड कोई भी हो सकती है। एक खबर होर बड़ी वायरल हो रही है कि मोदी साहब तुहानू पता किन्ने चंगे ने, किन्ने सार्थक ने, किन्ने संवेदनशील ने, 90-90 मिनट बोलते रहते हैं, पर कदे किसानां बारे 1 मिनट भी नहीं बोलिया। लेकिन हुण उन्होंने एक वीडियो दीदी ओ दीदी कहण ते वायरल हो गई है, पर मैं फिर पूछना चाहुंदा, वो तो बड़े कोमल हिरदे दे ने, कितें दंगे हो जाते हैं, किसी होर कंट्री विच दंगे हो जाते हैं, लोगों की डैथ्स हो जाती ने, तो उहदे ते टिप्पणी आ जाती, पर देखो किसानों के मामले वो कभी कुछ नहीं बोले। हालांकि उन्होंने कह दिता है I am just one call away, लेकिन वो नंबर नहीं मिल रहा, किन्ने भोले ने नंबर देना भी भुल के जल्दी फोन कट दिता, बस इन्ना कह के मैनू फोन कर लियो, अद्धी रात नू कॉल कर दियो, मैं हाजिर हाँ, पर पहुँच नहीं सके। करन भी की, क्योंकि जिहड़ियां वैस्ट बंगाल दियां रैलियां ने वह बहुत जरूरी ने, क्योंकि उत्थे करोना ने छुट्टी ली हुई है, करोना ने यह कह दिता है कि मैं सिर्फ इलैक्शनस करके उत्थों चला आ, फिर मैं वापस आ जाना, तो तुसीं पहले इत्थे निबड़ लो, फिर जाके दिल्ली देख लियो। तो यह चीज़ नूं जरा ध्यान दो कि बड़े भोले ने, बड़े संवेदनशील ने, बड़े चंगे ने, बड़ी सुजची सोच है। और लास्ट अगर खबर तुहाडे नाल शेयर कर देवां जी, तो नवें शहर में
जिहड़ी खबर इस समय बहुत सुर्खियां बटोर रही है जां क्याफे सुर्खियां बटोर रहे ने, लोग एक दूजे नूं इह सवाल पुछ रहे ने कि कल नूं प्रधान किवें बनना है। हालांकि कुछ लोग हले भी यह कह रहे हैं, उन्हां दे मन दी जिहड़ी शंका है मैं शंका निवृत्ति कर दवां, कुछ लोग हले भी कह रहे हैं कि बल्लू ही चलू, बट टैक्निकली दिस इज़ नॉट पॉसीबल क्योंकि बल्लू जी कांग्रेस विच नहीं ने, कांग्रेस का ही नुमाइंदा जिहड़ा कल वो प्रधान बनेगा। उहदा कारण यही है कि बहुमत कांग्रेस कोल है, 11 वोटां उहनां कोल ने, 12वीं है MLA अंगद सिंह उहनां दी, तां उही जिहड़ा अज वी उहनां दी मीटिंग होई है जिहड़ी सानूं सुणन विच आया, सूत्रां तों पता लग्गिआ है, हो सकदा उहनां ने फाइनल कर लिया होवे, हो सकदा फाइनल करना होवे, हो सकदा कल किसी नूं झटका मिले, जां हो सकदा जिहदा नाम भी ना लोकी सोच रहे होण रेस विच उह सब तों अग्गे निकल जावे। हालांकि मैं क्लीयर ही कर दिंदा, असीं वी वीडियो पाई सी कि ਇਹ ਕਹਿੰਦੇ ਨੇ ਕਿ MLA ਅੰਗਦ ਸਿੰਘ ਦੇ ਦਿਲ ਵਿੱਚ ਸਚਿਨ ਦੀਵਾਨ ਨੇ, ਉਹਨਾਂ ਨੇ ਆਪਣਾ ਦੀਵਾਨ ਉਹਨਾਂ ਦੇ ਦਿਲ ਵਿੱਚ ਸਜਾਇਆ ਹੋਇਆ ਹੈ, ਲੇਕਿਨ ਦਿਮਾਗ ਵਿੱਚ ਡਾਕਟਰ ਕਮਲ ਨੇ, ਦਿਮਾਗ ਵਿੱਚ ਉਹਨਾਂ ਨੇ ਆਪਣੇ ਫੁੱਲ ਦਾ ਬੂਟਾ ਲਾਇਆ ਹੋਇਆ। ਪਰ ਹੁਣ ਅੰਗਦ ਸਿੰਘ ਜਿਹੜੇ ਪਰੇਸ਼ਾਨ ਨੇ ਕਿ ਦਿਲ ਦੀ ਸੁਣਾ ਕਿ ਦਿਮਾਗ ਦੀ ਸੁਣਾ ਕਿ ਜਹਾਨ ਦੀ ਸੁਣਾ, ਜਹਾਨ ਬਹੁਤ ਕੁਝ ਕਹਿੰਦਾ, ਕੁਝ ਕਹਿੰਦੇ ਨੇ ਕਿ ਸਾਨੂੰ ਯੂਥ ਚਾਹੀਦਾ, ਕੁਝ ਕਹਿੰਦੇ ਨੇ ਕਿ ਸਾਨੂੰ ਐਕਸਪੀਰੀਅੰਸ ਹੋਲਡਰ ਬੰਦਾ ਚਾਹੀਦਾ, ਪਰ ਅਸੀਂ ਉਹਨਾਂ ਦੇ ਰਿਲੇਟਡ ਬੜੀਆਂ ਵੀਡੀਓਜ਼ ਪਾ ਚੁੱਕੇ ਹਾਂ, ਲੋਕਾਂ ਦੇ ਜਿਹੜੇ ਮਨ ਦੇ ਭਾਵ ਨੇ, ਤੁਹਾਡੀ ਕਚਹਿਰੀ ਵਿੱਚ ਜਿਹੜੇ ਪੰਚਾਇਤ ਚੁੱਕੇ ਹਾਂ, ਔਰ ਹੋ ਸਕਦਾ ਕਿ ਸਾਡੀ ਇਸ ਕਚਹਿਰੀ ਵਿੱਚ, ਇਸ ਲੋਕਾਂ ਦੀ ਕਚਹਿਰੀ ਵਿੱਚ ਅੰਗਦ ਹੋਣਾ ਨੇ ਵੀ ਵੀਡੀਓ ਦੇਖ ਲਈ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਸ਼ਾਇਦ ਲੋਕ ਕੀ ਚਾਹੁੰਦੇ ਨੇ, ਲੋਕਾਂ ਨੇ ਸਟੀਕ ਤੌਰ 'ਤੇ ਕੀ ਕਹਿਤਾ ਕਿ ਸਾਨੂੰ ਕਿਹੋ ਜਿਹਾ ਪ੍ਰਧਾਨ ਚਾਹੀਦਾ। ਪਰ ਫਿਰ ਵੀ ਕਿਆਫੇ ਬਣੇ ਨੇ, ਕੁਝ ਕਹਿੰਦੇ ਨੇ ਕਿ ਸਚਿਨ ਦੀਵਾਨ ਬਣਨਗੇ, ਕੁਝ ਕਹਿੰਦੇ ਨੇ ਡਾਕਟਰ ਕਮਲ ਬਣਨਗੇ, ਕੁਝ ਇਹ ਕਹਿੰਦੇ ਨੇ ਕਿ ਇਹਨਾਂ ਦੋਨਾਂ ਦੀ ਲੜਾਈ ਵਿੱਚ ਕਿਤੇ ਕੁਲਵੰਤ ਕੌਰ ਬਾਜ਼ੀ ਨਾ ਮਾਰ ਜਾਣ, ਕੁਝ ਕਹਿੰਦੇ ਨੇ ਕਿ ਚੇਤ ਰਾਮ ਜੀ ਉਹਨਾਂ ਦਾ ਨਾਮ ਅੱਗੇ ਨਹੀਂ ਆ ਰਿਹਾ, ਪਰ ਹੋ ਸਕਦਾ ਇਸ ਦੌੜ ਵਿੱਚ ਸਭ ਤੋਂ ਅੱਗੇ ਉਹ ਨਿਕਲ ਜਾਣ। ਹੋਏਗਾ ਕੀ ਇਹ ਕੱਲ੍ਹ ਸਾਨੂੰ ਪਤਾ ਚੱਲ ਜਾਣਾ। ਪਰ ਤੁਹਾਡੀ ਕੀ ਟਿੱਪਣੀ ਹੈ ਸਾਰੀਆਂ ਖਬਰਾਂ 'ਤੇ, ਕੱਲ੍ਹ ਦੀ ਪ੍ਰਧਾਨਗੀ 'ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ, ਅਸੀਂ ਕੋਸ਼ਿਸ਼ ਕਰਾਂਗੇ ਕੱਲ੍ਹ ਜਦੋਂ ਵੀਡੀਓ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਉੱਥੇ ਤੁਹਾਡੀਆਂ ਟਿੱਪਣੀਆਂ ਵੀ ਸਾਂਝਾ ਕਰੀਏ ਕਿ ਸਾਡੇ ਫਲਾਨੇ ਵੀਰ ਜਾਂ ਫਲਾਨੀ ਭੈਣ ਨੇ ਇਹ ਕਿਹਾ ਕਿ ਮੈਨੂੰ ਨਵੇਂ ਸ਼ਹਿਰ ਦਾ ਪ੍ਰਧਾਨ ਇਹ ਵਾਲਾ ਚਾਹੀਦਾ। ਔਰ ਪਸ਼ੂਆਂ ਵਾਲੀ ਤੁਹਾਨੂੰ ਖਬਰ ਜਾਂ ਮਾਈਨਿੰਗ ਵਾਲੀ ਖਬਰ ਜਾਂ ਅਧਿਕਾਰਿਕ ਤੌਰ 'ਤੇ ਜਿੱਥੇ ਅਣਅਧਿਕਾਰਿਕ ਤੌਰ 'ਤੇ ਜਿੱਥੇ ਤੁਸੀਂ ਧਾਰਮਿਕ ਉਸਾਰੀ ਨਹੀਂ ਕਰ ਸਕਦੇ, ਉਹ ਖਬਰ 'ਤੇ ਕੀ ਤੁਹਾਡੀ ਟਿੱਪਣੀ ਹੈ ਤੁਸੀਂ ਸਾਡੇ ਤੱਕ ਜ਼ਰੂਰ ਭੇਜ ਦੇਣੀ। ਬਣੇ ਰਹਿਣਾ ਜੀ ਵਿਭਤੀ ਨਵਾਂ ਸ਼ਹਿਰ ਦੇ ਨਾਲ, ਆਪਣੇ ਛੋਟੇ ਵੀਰ ਦਿਨੇਸ਼ ਸੂਰੀ ਨੂੰ ਸਟੂਡੀਓ ਤੋਂ ਇਜਾਜ਼ਤ ਦਿਓ, ਆਪਣੀ ਸਟੂਡੀਓ ਤੋਂ ਇਜਾਜ਼ਤ ਦਿਓ, ਇਹ ਤੁਹਾਡਾ ਹੀ ਚੈਨਲ ਹੈ, ਇਹ ਸਾਡਾ ਨਹੀਂ ਹੈ, ਇਹ ਚੈਨਲ ਹੈ ਤੁਹਾਡਾ। ਬਹੁਤ ਜਲਦੀ ਫਿਰ ਹਾਜ਼ਰ ਹੁੰਦੇ ਹਾਂ, ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ 'ਤੇ ਹਰ ਇਨਫੋਰਮੇਸ਼ਨ ਤੁਹਾਡੇ ਤੱਕ ਸਟੀਕ ਸਪਸ਼ਟ ਸਪੋਂਟੇਨੀਅਸ ਪੰਜਾਬੀ। ਸਤਿ ਸ਼੍ਰੀ ਅਕਾਲ।